ਜੇ ਮਿਲੋ ਕੱਲੀ ਹੋਵੇ ਤੁਹਾਨੂੰ ਕੱਲੀ ਹੋਈ ਫਿਰ ਤਾਂ ਕੰਮ ਬਣ ਜੂ ਕੱਲੀ ਨੇ ਤਾਂ ਭਰਮਾ ਲੂ ਅੱਜ ਮੈਂ ਰੱਬਾ ਕੰਮ ਕੱਚਾ ਹੀ ਛੁਡਾ ਤਾ ਸੂਬਾ ਭੈਣ ਖੜਾ ਵਾ ਬੜਾ ਤੰਦ ਲੱਗੇ ਸੂਬਾ ਮੇਰਾ ਹਰੇਕ ਕੰਮ ਸਾਰਾ ਹੋਰ ਯਾਰ ਹੋਰ ਕਿਵੇਂ ਆ ਠੀਕ ਆ ਠੀਕ ਆ ਤੂੰ ਵੀ ਮੇਰੀ ਰੀਸ ਕਰ ਦਿਆ ਤੂੰ ਦੇਖ ਲੈ ਕੀ ਗੱਲ ਆ ਹਾਂ
ਰੀਸ ਨਾ ਕਰਿਆ ਕਰ ਤੂੰ ਮੇਰੀ ਮੈਂ ਰੀਸ ਕਰੂ ਠੀਕ ਹੈ ਓਕੇ ਚੰਗਾ ਦੇਖ 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 ਮੇਰਾ ਸਾਲਾ ਕਿਵੇਂ ਬੁੜੀਆਂ ਨਾਲ ਗੱਲਾਂ ਕਰਦਾ ਦੇਖੀ ਘਰੇ ਬੇਬੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ ਬਾਹਰ ਦੇਖਾ ਸੱਸ ਕੇ ਦੇਖ ਦੇਖ ਪੂਰਾ ਐਂ ਮੇਰਾ ਸਾਲਾ ਮੱਥੇ ਨਾਲ ਬੈਠਾ ਕੋਈ ਨਾ ਆਜਾ ਆਜਾ ਕਹਾਂ ਓ ਬਾਪੂ ਏ ਓ ਬਾਪੂ ਦਵਾਈ ਦੱਸੀ ਸੀ ਉਹਨੂੰ ਮੈਂ ਤਾਂ ਕਿਸੇ ਨੂੰ ਉਂਗਲ ਨੀ ਲਾਈ ਪੁੱਛ ਲੈ ਨੂੰ ਬਾਪੂ ਮੈਂ ਪੁੱਛ ਲੈ ਨੂੰ ਮੈਂ ਕਿਸੇ ਨੂੰ ਹੱਥ ਲਾਇਆ ਕਿਤੇ ਹੱਥ ਬਸ ਲੈ ਇਹ ਮੇਰਾ ਮੁੰਡਾ ਜਾਨਕੀ ਤਾਂ ਤੇਰੇ ਵਰਗਾ ਠਰਕੀ ਚਾਚਾ ਮੇਰੀ ਗੱਲ ਸੁਣ ਲਾ ਤੂੰ ਜਾ ਮੈਨੂੰ ਸਾਡੀ ਗੱਲ ਆ ਮਾੜੀ ਪੁੱਤਾਂ ਦੀ ਚਾਚਾ ਬਣ ਕੇ ਤੂੰ ਜਾ ਨਾਲ ਹੁਣ ਜਵਾਕਾਂ ਦੀ ਵੀ ਸ਼ਰਮ ਹੁੰਦੀ ਮੰਜਾ ਡਾਉਣ ਨੂੰ ਕਾਹਨੂੰ ਕਹਿਣਾ ਤੂੰ ਤਾਂ ਕਹਿਣਾ ਮੇਰੇ ਉੱਤੇ ਪੈ ਜਾ ਤੂੰ ਲੱਤ ਕੀ ਮੋਕਲੀ ਲੋਕਾਂ ਦੇ ਕੌਲੇ ਕਸਦਾ ਫਿਰਦਾ ਤੂੰ ਇੱਧਰ ਦੇਖ ਲਿਆ ਕਿਤੇ ਇੱਧਰ ਦੇਖ ਲਿਆ ਮੈਂ ਤਾਂ ਕਿਸੇ ਨੂੰ ਉਂਗਲ ਨੀ ਲਾਉਂਦਾ ਤੂੰ ਗੰਦਾ ਭੈਣ ਦਾ ਆਜਾ ਕੱਖ ਵੜਦੇ ਆ ਪਿੰਡ ਚ ਲੋਕ ਕੱਖ ਦਾ ਵੱਟ ਲਿਆ ਮੈਂ ਪਾ ਵੀ ਦਿੱਤੇ ਨਾ ਵੀ ਲਿਆ ਕੇ ਚਾਹ ਪੀ ਲਾਣ ਦੇ ਤੂੰ ਸਾਰਾ ਦਿਨ ਉੱਥੇ ਕੋਲ ਕਿੰਨਾ ਸ਼ੱਕ ਕਰਦੇ ਨੇ ਉਹ ਬਜ਼ੁਰਗ ਬੜੇ ਬੰਦੇ ਦੇ ਦੱਸ ਚੱਲ ਚੱਲ ਨਹੀਂ ਚੱਲ ਉਹ ਅਸੀਂ ਤਾਂ ਕਿਤੇ ਆ ਜਾ ਇੱਧਰ ਕਿਤੇ ਹੱਥ ਨਹੀਂ ਲਾਇਆ ਬੜੇ ਬੰਦੇ ਨਾਲ ਉਹ ਕਿਉਂ ਜਿੱਦਾਂ ਓਏ ਲੋਕ ਮੈਨੂੰ ਕਹਿੰਦੇ ਨੇ ਕਿ ਤੁਹਾਡਾ ਬੜਾਇਆ ਠਰਕੀ ਆ ਉਹ ਜਵਾਕ ਮੈਨੂੰ ਤਾਂ ਮੇਰੇ ਮਾਰਦੇ ਪਿੰਡ ਜੀ ਆ ਉਹ ਠਰਕੀ ਨੂੰ ਦੱਸ ਮੈਂ ਕਿੰਨਾ ਦੀ ਬੁੜੀ ਫੜੀ ਆ ਕਿਸੇ ਬੁੜੀ ਫੜਿਆ ਮੈਂ ਤੱਕ ਜੇ ਨਹੀਂ ਫੜੀ ਤਾਂ ਫੜ ਲੇਗਾ ਉਹ ਨਹੀਂ ਫੜਦਾ ਓਏ ਉਹ ਮੈਂ ਕਿੱਥੇ ਤੂੰ ਦੇਖ ਲਈ ਥੋੜਾ ਟਾਈਮ ਹੀ ਲੱਗਦਾ ਜਿਹੜਾ ਤੂੰ ਆਇਆ ਪਿੰਡ ਉੱਤੇ ਆਇਆ ਬਗਲ ਕੇ ਗੇੜਾ ਮਾਰਦਾ ਨਾ ਇਹ ਬਹੁਤ ਮਾੜਾ ਬਹੁਤ ਜ਼ਿਆਦਾ ਉਹ 80 ਸਾਲਾਂ ਦਾ ਹੋ ਗਿਆ ਹੁਣ ਪੰਪ ਕਿੱਥੇ ਕੰਮ ਕਰਦਾ ਕੰਜਰਾ ਹੁਣ ਮੈਂ ਕਿੱਥੇ ਲਾਉਂ ਕਿਹਨੂੰ ਫੜੂੰਗਾ ਚੰਗੀ ਭਲੀ ਤੇਰੇ ਘਰੇ ਸਾਰਾ ਕੁਝ ਹੈਗਾ ਤੇਰੇ ਓਏ ਅਹੀ ਰੱਬਾ ਗੰਦੀ ਲਾਤ ਨਾ ਦੀ ਓਏ ਰੱਬਾ ਉਹ ਕੰਜਰਾ ਮੈਨੂੰ ਤਾਂ ਸਾਰੇ ਪਿੰਡ ਦੀਆਂ ਬੁੜੀਆਂ ਮੈਨੂੰ ਦਰਵੇਸ਼ ਬੜਾ ਕਹਿੰਦੀਆਂ ਨੇ ਸਾਰੇ ਪਿੰਡ ਦੀਆਂ ਬੁੜੀਆਂ ਆਹੋ ਦਰਵੇਸ਼ ਕਹਿੰਦੇ ਮਿੱਲਾ ਤੈਨੂੰ ਧੂਪ ਬੱਤੀ ਨਾ ਕਰਦੇ ਹੋ ਤੜਕੇ ਉੱਠ ਕੇ ਫਰਕੀ ਦਾ ਹੈਗਾ ਤੂੰ ਸਿਰੇ ਦਾ ਸਾਰੇ ਲੋਕ ਗਾਣਾ ਕੱਢਦੇ ਨੇ ਉਹ ਲੋਕਾਂ ਦਾ ਕੀ ਹੈ ਮੈਨੂੰ ਬੁੜੀਆਂ ਜਦੋਂ ਕਹਿੰਦੇ ਦਰਵੇਸ਼ ਆ ਤੂੰ ਤਾਂ ਭਗਤ ਬੰਦਾ ਹੈ ਲੋਕਾਂ ਦਾ ਕੀ ਹੈ ਲੋਕ ਤਾਂ ਕੁੱਤੇ ਨੇ ਤਾਂ ਭੌਂਕਣਗੇ ਭੈਣ ਚੋਦ ਬੁੜੀਆਂ ਤਾਂ ਕਹਿੰਦੇ ਨੇ ਬੰਦੇ ਸਾਰੇ ਉਹਨਾਂ ਦੇ ਗਾਣਾ ਕੱਢਦੇ ਨੇ ਅੱਧੇ ਰੱਬ ਨੇ ਲੋਕਾਂ ਨੂੰ ਸਾਰਾ ਪਤਾ ਬਾਪੂ ਜਿੰਨਾ ਮਰਜ਼ੀ ਲੋਕ ਛਿਪ ਕੇ ਕੰਮ ਕਰਨਾ ਹੈ ਕੰਜਰਾ ਜਦੋਂ ਮੈਂ ਕੋਈ ਗਲਤ ਕੰਮ ਹੀ ਨਹੀਂ ਕਰਨਾ ਜਿਹੜੇ ਆਪਾਂ ਰਾਹ ਹੀ ਨਹੀਂ ਜਾਣਾ ਉਹ ਰਾਹ ਪੁੱਛਣ ਦਾ ਕੀ ਫਾਇਦਾ ਜਦੋਂ ਮੈਂ ਕੋਈ ਗਲਤ ਕੰਮ ਹੀ ਨਹੀਂ ਕਰਨਾ ਤੂੰ ਕਿਉਂ ਮੇਰੇ ਨਾਲ ਭਕਾਈ ਮਾਰਦਾ ਕੰਜਰਾ ਓਏ ਕਾਹਨੂੰ ਮੈਂ ਗਲਤ ਕੰਮ ਕਰਨਾ ਉਹ ਮੈਂ ਕਿਸੇ ਨੂੰ ਉਂਗਲੀ ਲਾ ਕੇ ਦੇਗੀ ਕਦੇ ਮੈਂ ਉੱਤੇ ਫੜਿਆ ਗਿਆ ਕੋਈ ਸਬੂਤ ਹੈਗਾ ਤੇਰੇ ਕੋਲੇ ਤੂੰ ਭੌਂਕਦਾ ਰਹਿਣਾ ਸਾਰਾ ਦਿਨ ਜਿੱਦੇ ਸਬੂਤ ਮਿਲ ਗਿਆ ਨਾ ਉੱਤੇ ਫੜੇਗਾ ਤੇਰੇ ਛਿੱਤਰਾਂ ਦਾ ਹਾਰ ਪਾ ਕੇ ਗੱਲ 'ਚ ਮੂੰਹ ਤੇਰਾ ਕਰਕੇ ਕਾਲਾ ਆਏ ਕਦੇ ਜੀ ਗੇੜਾ ਲਵਾਉਣਗੇ ਸਾਰੇ ਪਿੰਡ 'ਚ ਆਏ ਨਹੀਂ ਕੋਈ ਕਰਦਾ ਦਾ ਕਾਲਾ ਜਦੋਂ ਮੈਂ ਕੰਮ ਹੀ ਨਹੀਂ ਕਰਦਾ ਹੈ ਕਾਹਨੂੰ ਨਹੀਂ ਕਰਦਾ ਕੰਮ ਨਹੀਂ ਕਰਦਾ ਮੈਂ ਐਨ ਅੰਦਰ ਦੀਆਂ ਗੱਲਾਂ ਸਾਰੀਆਂ ਦਿਲ 'ਚ ਬਣ ਜਾਂਦੇ ਮੈਂ ਭਗਤ ਬੰਦਾ ਕਹਿੰਦਾ ਵੱਢ ਲੈ ਕਾ ਕੁੱਖ ਹੈ ਕੱਖ ਵੱਢ ਲੈ ਆ ਦੇਖ ਲੈ ਬੰਦੇ ਨੂੰ ਤੇ ਕੱਟੇ ਦੇ ਐਡੇ ਐਡੇ ਚਿੱਚੜ ਪੈ ਪਏ ਸੀ ਐਡੇ ਐਡੇ ਚਿੱਚੜ ਤੇਰੇ ਕਮਰੇ ਤੂੰ ਪੱਟਾ ਕਰ ਤੂੰ ਬਿੱਲਾ ਕੀ ਕਰਦਾ ਆ ਗੋਹਾ ਗੋਹਣੀ ਟਾ ਕਾ ਨੂੰ ਗੋਹਾ ਹਟਾ ਦਿੰਦਾ ਹੁਣ ਭੈਣ ਦੀ ਦੱਸ ਮੈਂ ਪੜ੍ਹਾਈ ਕਰਾਂ ਕਿ ਇਹ ਕੰਮ ਕਰਾਂ ਕੰਜਰਾ ਕੰਮ ਕੀ ਹੈ ਤਿੰਨ ਚਾਰ ਮੱਝਾਂ ਨੇ ਵਿਹਲਾ ਫਿਰਦਾ ਕੱਟਾ ਕੁੱਟਾ ਦਾ ਸਮਝ ਸਕਦਾ ਤੂੰ ਪੜ੍ਹ ਲੂ ਦੱਸ ਕਿ ਤੂੰ ਜਾ ਤੂੰ ਡਿਗਰੀ ਕਿਹੜੇ ਕਰਦਾ ਤੂੰ ਡਿਗਰੇ ਤੂੰ ਹੁਣ ਤੇਰਾ ਫਿਰਦਾ ਜੇ ਮੈਂ ਦੇਖੀ ਜਾਈ ਪਾਸ ਹੋਇਆ ਨਾ ਬੀਏ ਤੋਂ ਫਸਟ ਡਿਵੀਜ਼ਨ ਤੇ ਉੱਤੇ ਪਤਾ ਲੱਗੂ ਤੈਨੂੰ ਹਟਾ ਦਾ ਕਰ ਰਾਜ ਦੀ ਗੋਹਾ ਗੋਹਾ ਘਾਟਾ ਨੂੰ ਇਹ ਗੋਹਾ ਦਾ ਵੀ ਤੈ ਛੜਿਆ ਹੋਇਆ ਕਿ ਮੈਂ ਕੀ ਕਰਿਆ ਓਏ ਉਹ ਭਜਾ ਕੀ ਗੋਹੇ ਵਾਲੀ ਦਾ ਨਾ ਮੈਂ ਭਜਾਈ ਆਹੋ ਹੋਰ ਕਿਹਨੇ ਭਜਾਈ ਆ ਕੰਜਰਾ ਮੈਂ ਤਾਂ ਉਹਨੂੰ ਰੱਖ ਕੇ ਕੋਸੀ ਦਾ ਜੀ ਲਵਾਈ ਰੱਖਦੀ ਸੀ ਆਹੋ ਉਸੇ ਜੀ ਨੇ ਤਾਂ ਤੇਰੇ ਨੇ ਪੱਟਿਆ ਹਾਏ ਵਰ ਪਾਵਰ ਬਾ ਹਾਏ ਵਰ ਉਹ ਕਿੰਨੇ ਦਰਵੇਸ ਬੰਦੇ ਤੇ ਤੂੰ ਦੂਸਰ ਲਾਉਣਾ ਓਏ ਕੰਜਰਾ ਮੈਂ ਤਾਂ ਇਹ ਜਿਹਾ ਹੈ ਨਹੀਂ ਓਏ ਤੂੰ ਗੰਦੀ ਲਾ ਦੇ ਆਦੇ ਆਪੇ ਪਿਓ ਦੇ ਪ੍ਰਦੂਸ਼ਣ ਲਾਉਣਾ ਤੂੰ ਪਿਓ ਤੇ ਕੀ ਉਹਨੂੰ ਤੂੰ ਆ ਗੱਲ ਸੁਣ ਟੋਕਰੇ ਚਕਾਉਂਦਾ ਚਕਾਉਂਦਾ ਨਹੀਂ ਰਿਹਾ ਹਾਂ ਟੋਕਰੇ ਢੂਹ ਹੀ ਦੁੱਖ ਜਾ ਕੰਜਰਾ ਟੋਕਰੇ ਚਕਾਤੇ ਜੇ ਦੱਸ ਉਹਦੀ ਮਦਦ ਕਰਤੀ ਕੀ ਹੋ ਗਿਆ ਮਦਦ ਤਾਂ ਮੈਂ ਜਾਣਦਾ ਤੈਨੂੰ ਕਰਨਾ ਉਹਦੇ ਹੱਥ ਉੱਥੇ ਲਾਤਾ ਤੈਨੂੰ ਅਗਲੀ ਨਹੀਂ ਆਈ ਜੀ ਹਾਏ ਓਏ ਕੰਜਰਾ
ਮੈਨੂੰ ਵੀ ਕਹਿੰਦੇ ਨੇ ਕਿੰਨੇ ਜਣੇ ਕਹਿੰਦੀ ਪੁੱਤ ਤੂੰ ਮੈਨੂੰ ਆ ਕੇ ਕਹਿੰਦੀ ਗੋਹਾ ਚਕਾਇਆ ਕਰ ਫਾਈਬਰ ਬਾਈ ਮੈਂ ਕਿਸੇ ਦਾ ਉਹਨੇ ਹੱਥ ਲਾਉਂਦਾ ਕੰਜਰਾ ਮੈਂ ਤਾਂ ਉਹਨੇ ਹੱਥ ਲਾਉਂਦਾ ਮੈਂ ਤਾਂ ਤੇਰੇ ਦੇ ਹੱਥ ਲਾਉਂਦਾ ਮੈਂ ਉਹਦੇ ਕਿੱਥੇ ਹੱਥ ਲਾਉਂ ਕੰਜਰਾ ਉਹਦੇ ਹੱਥ ਲਾਉ ਹੁਣ ਤੱਕ ਤੇ ਤੂੰ ਇੱਥੇ ਆਇਆ ਨਹੀਂ ਬੱਠਲ ਚਕਾਉਣ ਹੁਣ ਤੱਕ ਤੇ ਬੇਬੇ ਨੂੰ ਚਕਾਇਆ ਨਹੀਂ ਗੋਹਾ ਤੇ ਉਹ ਵਿਚਾਰੀ ਕੱਲੀ ਚੱਕ ਚੱਕ ਟੋਕਰੇ ਸਿੱਟਦੀ ਹੈਗੀ ਬੇਬੇ ਨੂੰ ਕਿੱਥੇ ਚਕਾਉ ਬੇਬੇ ਤਾਂ ਘੋੜੇ ਦੀ ਰੰਨ ਹੈ ਉਹਨੂੰ ਗੋਹਾ ਚਕਾ ਕੇ ਨਾ ਭਗਾ ਭਗਾ ਮਾਰ ਦੇ ਪਤਾ ਕਿੰਨਾ ਜ਼ੋਰ ਹੈ ਉਹ ਤਾਂ ਬੈਤਰ ਨੂੰ ਗੋਹਾ ਚਕਾਉਣ ਦੀ ਕੋਲ ਆਪੀ ਚੱਕਦੀ ਹੈ ਉਹਨੇ ਮਚਕਾਉਂਦਾ ਗੋਹਾ ਉਹਦੇ ਨਾਲ ਵਿਚਾਰੀ ਨੇ ਕਿਤੇ ਡੱਕਾ ਨਹੀਂ ਤੜਾਇਆ ਉਹ ਆ ਜੇ ਇੱਥੇ ਗੋਹੇ ਮੈਂ ਗੋਹਾ ਚਕਾ ਕੇ ਆਉਣਾ ਮੈਂ ਜਾਣਾ ਉਧਰ ਬਸ ਕਰ ਕੰਜਰਾ ਮੈਂ ਗੇੜਾ ਮਾਰ ਕੇ ਆਉਣਾ ਬੱਜਾ ਦੇ ਗੋਹੇ ਵਾਲੇ ਕੋਈ ਰੱਖ ਲੈਣੇ ਕੋਈ ਹੋਰ ਭਾਲ ਲੈ 500 ਰੁਪਏ ਵੱਧ ਦੇ ਦਾਂਗੇ ਆਹੋ ਵੱਧ ਗੋਹੇ ਵਾਲੇ ਤਾਂ 1000 ਰੁਪਏ ਵੱਧ ਦੇ ਵਾਲਾ ਇੱਥੋਂ ਤੇ ਇਹ ਕੰਜਰਾ ਬਿਬੜੀ ਔਖੀ ਹੁੰਦੀ ਮੈਂ ਕਿਹਾ ਨਾਲੇ ਗੋਹਾ ਨਾ ਦੇਣਾ ਚੱਕੇ ਤਾਂ ਪਾਥੀਆਂ ਪੂਥੀਆਂ ਪੱਥਰਾਂਗੇ ਪੂਰੇ ਸਿਆਲ ਹੁੰਦਾ ਇਹ ਕੰਮ ਆਊਗਾ ਸਿਆਲ ਆ ਵਿਆਹ ਵੂ ਕਰਾਂਗੇ ਕੰਜਰਾ ਪਾਥੀਆਂ ਲੋੜ ਪੂ ਮੈਨੂੰ ਕਿਤੇ 100 ਰੁਪਏ ਵੱਧ ਦਿੱਤਾ ਤੇ ਮੈਨੂੰ ਕੰਜਰਾ ਤੈਂ ਕੀ ਕਰਦੇ ਦਿੱਤਾ ਤੈਂ ਕਾਲ ਤੇ ਜਾਣਾ ਆਹ ਲੈ 50 ਲੈ ਜਾ 20 ਰੁਪਏ ਕਿਰਾਇਆ ਲੱਗੂ 10 ਰੁਪਏ ਦਾ ਕੁਛ ਖਾ ਲੈ ਭੈਣ ਦਾ ਜਵਾਕ ਆ ਮੈਂ ਇਹ ਭੈਣ ਘਰਾਵਾ ਸਾਰਾ ਦਿਨ ਮੈਂ ਮੇਰੀ ਗੱਲ ਸੁਣ ਲੈ ਹੁਣ ਕੁੱਤੇ ਵਾਂਗੂ ਫਿਰਦਾ ਰਹਿਣਾ ਉਧਰ ਵਿਹੜੇ ਵੂੜੇ ਚ ਆਹਦਾ ਗੋਹੇ ਪੂੜੇ ਵਾਲੇ ਹੱਲ ਕਰ ਲੈ ਭੈਣ ਦੀ ਬੇਬੇ ਦੀ ਉਧਰ ਢੂਹੀ ਬਹੜਾ ਕੇ ਖੜਜੇਗਾ ਵਿਚਾਰੀ ਮੈਂ ਪੁੱਛਦਾ ਮੈਂ ਕੱਲ ਨੂੰ ਜਾ ਕੇ ਆਉਣਾ ਉਧਰ ਮੈਂ ਜਾ ਉਹਨੂੰ ਗੋਹਾ ਗੋਹਾ ਚਕਾ ਦੇ ਕਰ ਉਹਦੀ ਮਦਦ ਕਰ ਦਿਆ ਕਰ ਨਾਲ ਲੱਗ ਕੇ ਚੰਗਾ ਚੰਗਾ ਵਗ ਜਾ ਤੂੰ ਸਾਰਾ ਦਿਨ ਭਾ ਇੰਨਾ ਕੁ ਕੰਮ ਦਾ ਕਰ ਲੈ ਵਗ ਜਾ ਲੱਭ ਲੈ ਕੋਈ ਜਾਣਾ ਮੈਂ ਚੰਗਾ ਫਿਰ ਉਹ ਰਿਆ ਸੱਚ ਉਰਿਆ ਹਾਂ ਕੀ ਆ ਹੁਣ ਕੀ ਰਹਿ ਗਿਆ ਤੇਰਾ ਉਰਿਆ ਬਾਇਆ ਮੈਂ ਤੈਨੂੰ ਇੱਕ ਗੱਲ ਦੱਸੀ ਜੇ ਮੈਨੂੰ ਕੋਈ ਕੰਮ ਕੁੰਮ ਕਿਹਾ ਦੇਖ ਲਈ ਸਾਰਾ ਕੰਮ ਕਰਿਆ ਮੈਂ ਅੱਜ ਪਾਣ ਨੂੰ ਪਤਾ ਕੰਮ ਦਾ ਤੂੰ ਕਰਦਾ ਹੈ ਆਹੋ ਓਏ ਇੱਕ ਨਾ ਮੈਂ ਵੀ ਮੋਬਾਈਲ ਲੈ ਕੇ ਆਉਣਾ ਸੀ ਯਾਰ ਮੋਬਾਈਲ ਕੀ ਕਰਨਾ ਤੈਂ ਮੋਬਾਈਲ ਕਹਿੰਦੇ ਯਾਰ ਖਬਰਾਂ ਖੁਬਰਾਂ ਸੁਣਦੇ ਰਹਿਣੇ ਆ ਆਹ ਰੱਖ ਲੈ ਮੋਬਾਈਲ ਫੜ ਤੂੰ ਓਏ ਕਿਹੜੇ ਮੋਬਾਈਲ ਯਾਰ ਖਬਰਾਂ ਖੁਬਰਾਂ ਵਧੀਆ ਵੱਡਾ ਫੋਨ ਦਵਾ ਯਾਰ ਜਿਹਦੇ ਵਿੱਚ ਵਧੀਆ ਖਬਰਾਂ ਆਉਂਦੀਆਂ ਨੇ ਕਹਿੰਦੇ ਸਿੱਧਾ ਪ੍ਰਸਾਰਣ ਦਿਖਾਉਂਦੇ ਨੇ ਟੀਵੀ ਔਰ ਖੇਤਾਂ ਕੁੱਤਾ ਚ ਕਿੱਥੇ ਚੱਲਦਾ ਚੱਲਦਾ ਇੱਥੇ ਰੇਡੀਓ ਚੱਲਦਾ ਸਾਰਾ ਕੁਝ ਰੇਡੀਓ ਰੂੜਾ ਵੀ ਮੈਂ ਤਾਂ ਖਬਰਾਂ ਸੁਣਨੀਆਂ ਨੇ ਸਿੱਧੀਆਂ ਇਸ ਚੈਨਲ ਤੇ ਦੇਖਣੀਆਂ ਮੈਂ ਤਾਂ ਵੀਡੀਓ ਦੇਖਣੀ ਤਾਂ ਨਾ ਉਹ ਤਾਂ ਕੀ ਕਰਨਾ ਮੋਬਾਈਲ ਉਹ ਪਹਿਲਾਂ ਲੋਕਾਂ ਦੇ ਬੁੜੇ ਨਹੀਂ ਇੱਥੇ ਪੱਟੇ ਰਾਸ ਆਉਂਦੇ ਮੋਬਾਈਲਾਂ ਦੇ ਸਾਰਾ ਦਿਨ ਤਾਂ ਤੂੰ ਦੋ ਦੋ ਰੱਖੀ ਫਿਰ ਤਾਂ ਮੈਨੂੰ ਇੱਕ ਫੋਨ ਨਹੀਂ ਲੈ ਕੇ ਦਿੰਦਾ ਉਹ ਮੇਰਾ ਤਾਂ ਕੰਮ ਆ ਯਾਰ ਮੋਬਾਈਲ ਤੇ ਯਾਰ ਫਿਰ ਮੈਂ ਦੱਸ ਕੀ ਦੁੱਧੀ ਵੜਦਾ ਮੈਂ ਦੇਖ ਲੂ ਫਿਰ ਕਿਉਂ ਸਾਰੀਆਂ ਮੈਡਮਾਂ ਉੱਤੇ ਭੇਜਦੀਆਂ ਨੇ ਮੋਬਾਈਲ ਤੇ ਸਾਰਾ ਜਿੰਨਾ ਕੁਝ ਕਰਾਉਂਦੀਆਂ ਨੇ ਉੱਤੇ ਸਾਰਾ ਕੁਝ ਉੱਤੇ ਆਉਂਦਾ ਮੇਰੇ ਕੋਲ ਕੰਜਰਾ ਤਾਂ ਪੈਸੇ ਲਾਉਣੇ ਨੇ ਮੈਂ ਤੈਨੂੰ ਪੈਸੇ ਦਊ ਤੂੰ ਮੈਨੂੰ ਫੋਨ ਲਿਆ ਦੀ ਮੈਨੂੰ ਪਤਾ ਨਹੀਂ ਕੰਜਰਾ ਕਿਹੜਾ ਵਧੀਆ ਕਿਹੜਾ ਮਾੜਾ ਕਿਹੜਾ ਚੰਗਾ ਤੂੰ ਮੈਨੂੰ ਦੱਸ ਦੇ ਨਹੀਂ ਯਾਰ ਤੂੰ ਮੋਬਾਈਲ ਨਾ ਲੈ ਬਾਪੂ ਪੱਟਿਆ ਜਾਏਗਾ ਪੁੱਤ ਮੰਨ ਕੇ ਮੈਨੂੰ ਫੋਨ ਲਿਆ ਦੇ ਕਿੰਨੇ ਕਦਾ ਜਾਊਗਾ ਪਹਿਲੀ ਪੱਟ ਤਾਂ ਲੈਣਾ ਹੋਣਾ ਮੈਂ ਲੈਣਾ ਸਰਦਾ ਨਹੀਂ ਤੇਰਾ ਵੱਡਾ ਲੈਣਾ ਮੈਂ ਵੱਡਾ ਦਾ ਘੱਟੋ ਘੱਟ 20-25 ਹਜ਼ਾਰ ਦਾ ਆਊ ਇੰਨਾ ਮਹਿੰਗਾ ਭੈਣ ਦਾ ਜਿਹੜਾ 25 ਹਜ਼ਾਰ ਦਾ ਆਰਾਮ ਨਾਲ ਉਹ ਮੇਰੇ ਵਾਲਾ ਵੀ 25 ਦਾ ਹੀ ਆਇਆ ਸੀ ਅੱਛਾ ਹੋਰ ਉਹ ਸਸਤਾ ਜਾਂ ਨਹੀਂ ਹੈਗਾ ਸਸਤਾ ਜਾਂ ਮਿਲਦਾ ਬਾਅਦ ਸਸਤਾ ਸਸਤਾ ਨਹੀਂ ਮਿਲਦਾ ਆਪਾਂ ਨੇ ਤਾਂ ਬਸ ਖਬਰਾਂ ਹੀ ਸੁਣਨੀਆਂ ਨੇ ਨਾ ਮੇਰੀ ਗੱਲ ਸੁਣ ਲੈ ਹੈ ਰੁਪਇਆ 20-25 ਹਜ਼ਾਰ ਦਾ ਲੱਗੂਗਾ ਲੱਗੂਗਾ ਹੁਣ ਤੇਰਾ ਘੱਟੋ ਘੱਟ ਕੰਜਰਾ 20-25 ਹਜ਼ਾਰ ਨੂੰ ਮੱਝਾ ਕੰਜਰਾ ਕੋਈ ਘੱਟ ਸਸਤਾ ਦੇਖ ਲੈ ਕੰਜਰਾ ਸਸਤਾ ਉਹ ਬਾਪੂ ਮੱਝਾ ਮੁੱਝਾ ਸਸਤਾ ਹੀ ਅੱਡ ਗੱਲ ਹੁੰਦੀ ਹੈ ਯਾਰ ਮੇਰੀ ਗੱਲ ਸੁਣ ਲੈ ਚੱਜ ਦਾ ਮੋਬਾਈਲ ਇੰਨੇ ਦੇ ਹੀ ਆਊਗਾ ਕੋਈ ਘੱਟ ਦੇ ਲੈ ਕੋਈ ਸਸਤਾ ਨਹੀਂ ਮਿਲਦਾ ਤੈਨੂੰ ਤੈਨੂੰ ਕੋਈ ਕੰਪਨੀ ਦਾ ਤਾਂ ਨਹੀਂ ਚੱਕਰ ਕਿਸੇ ਦਾ ਹੈ ਉਹ ਕੰਪਨੀ ਨੂੰ ਕੰਜਰਾ ਆਪਾਂ ਕਿਹੜਾ ਹੱਥ ਵੀਆਂ ਪਾਉਣੀਆਂ ਨੇ ਆਪਾਂ ਤਾਂ ਆਪਣੇ ਤਾਂ ਖਬਰਾਂ ਹੀ ਦੇਖਣੀਆਂ ਨੇ ਉਹ ਖਬਰ ਬਾਪੂ ਫਰਕ ਹੁੰਦਾ ਉਹਨਾਂ ਦੇ ਪ੍ਰੋਸੈਸਰ ਪ੍ਰੋਸੈਸਰ ਵੱਡੇ ਹੁੰਦੇ ਆ ਬੜੇ ਜਾਂਦੇ ਨੇ ਚੱਟਣੇ ਆ ਪ੍ਰੋਸੈਸਰ ਪ੍ਰੋਸੈਸਰ ਕੀ ਯਾਰ ਕਹੀ ਜਾਂਦਾ ਤੂੰ ਆ ਖਬਰਾਂ ਮੁੰਦੇ ਚੱਲਣ ਚਲੋ ਹੁਣ ਫਿਰ ਛੋਟੀ ਕੰਪਨੀ ਦਾ ਸੈਮਸੰਗ ਦਾ ਤੈਨੂੰ 12-13 ਹਜ਼ਾਰ ਦਾ ਮਿਲ ਜੂ ਠੀਕ ਹੈ ਫਿਰ 12-13 ਹਜ਼ਾਰ ਦਾ ਮਿਲ ਜੂ ਹਾਂ ਮਿਲ ਜੂਗਾ ਬਸ ਠੀਕ ਹੈ ਫਿਰ ਤੈਨੂੰ ਮੈਂ ਕਿੰਨੇ ਰੁਪਏ ਦੇਵਾਂ ਰੁਪਈਆ ਤੂੰ ਮੈਨੂੰ ਘੱਟੋ ਘੱਟ 15 ਹਜ਼ਾਰ ਦੇ ਦੇ 15 ਹਜ਼ਾਰ ਕਾਹਤੋਂ ਯਾਰ ਉਹ ਯਾਰ 1000-2000 ਇੱਧਰ ਉੱਧਰ ਹੋ ਜਾਂਦਾ ਬਾਪੂ ਉੱਤੇ ਥੱਲੇ ਕਰਨਾ ਪੈਂਦਾ ਯਾਰ ਮੈਨੂੰ ਪਤਾ ਕੰਜਰਾ ਤੂੰ ਮੈਨੂੰ ਪਤਾ ਤੂੰ ਪੈਸੇ ਖਾਏਗਾ ਵਿੱਚੋਂ ਪੈਸੇ ਮੈਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਉਹ ਮੈਂ ਨਹੀਂ ਖਾਂਦਾ ਚੱਲ ਤੂੰ ਕਿਸੇ ਨੂੰ ਹੋਰ ਲੈ ਜਾ ਯਾਰ ਫਿਰ ਚੰਗਾ ਉਹ ਕੰਜਰ ਲੜਦਾ ਕਿਉਂ ਆ ਮੈਂ ਆਪ ਚੱਲੂ ਤੂੰ ਮੇਰੇ ਨਾਲ ਤੇ ਨਹੀਂ ਮੈਨੂੰ ਫੋਨ ਦਵਾ ਕੇ ਲੈ ਫੋਨ ਦਵਾ ਕੇ ਲੈ ਨਾ ਤੂੰ ਯਕੀਨ ਨਹੀਂ ਕਰਦਾ ਕਿ ਕੰਜਰ ਤੇ ਭੈਣ ਚੋਦ ਤੂੰ ਮੈਨੂੰ ਫੋਨ ਦਵਾ ਲਈ ਮੈਂ ਰੁਪਈਆ ਲੈ ਕੇ ਚੱਲੂ ਫੋਨ ਬਸ ਵਧੀਆ ਹੋਵੇ ਅੱਗ ਵਰਗਾ ਐ ਚੱਲੇ ਅੱਗ ਵਾਂਗੂ ਐ ਚੱਲੇ ਗੋਲੀ ਵਾਂਗੂ ਚੱਲੇ ਫੋਨ ਐ ਐ ਕਿਵੇਂ ਐ ਐ ਐ ਦਾ ਕੀ ਮਤਲਬ ਕੰਜਰਾ ਵੀ ਖਬਰਾਂ ਚੱਲਣ ਵਧੀਆ ਵਧੀਆ ਖਬਰਾਂ ਚੱਲਣ ਨਾ ਐ ਐ ਐ ਕਿਹੜੀ ਖਬਰਾਂ ਚੱਲਦੀਆਂ ਨੇ ਭੈਣ ਦੀ ਦਾ ਆਏ ਵੇ ਕੰਜਰਾ ਉਹ ਖਬਰਾਂ ਸਿਰ ਸੁਰ ਪਾੜ ਦਿੰਦੇ ਲੜਾਈਆਂ ਹੁੰਦੀਆਂ ਨੇ ਕਿੰਨੀਆਂ ਉਹ ਖਬਰਾਂ ਦੀ ਗੱਲ ਕਰਦਾ ਲੜਾਈਆਂ ਤੂੰ ਮੈਨੂੰ ਪਤਾ ਕੋਈ ਜੱਬ ਛੇੜੇਗਾ ਤੂੰ ਆਏ ਵੇ ਕੰਜਰਾ ਉਹ ਮੈਂ ਖਬਰਾਂ ਸੁਣਨੀਆਂ ਨੇ ਮੈਨੂੰ ਪਤਾ ਲੱਗਦਾ ਰਹਿੰਦਾ ਕੀ ਕੁਛ ਹੋਈ ਜਾਂਦਾ ਦੇਸ਼ 'ਚ ਮੈਂ ਤਾਂ ਕਹਿਣਾ ਮੈਨੂੰ ਫੋਨ ਵਧੀਆ ਦਬਾ ਕੇ ਲਈ ਖੜੇ ਨਾ ਦੇ ਉਹ ਹੀ ਰੱਖਦੇ ਵਿੱਚ ਖੜਦੇ ਕੰਮ ਦਵਾ ਲੈ ਚੱਲ ਫੋਨ ਤਾਂ ਤੈਨੂੰ ਮੈਂ ਕੋਈ ਚੱਕਰ ਨਹੀਂ ਪਰ ਬਾਪੂ ਆਣੇ ਮੇਰੀ ਗੱਲ ਸੁਣ ਲੈ ਹਾਂ ਉਹਦਾ ਜਿਹੜਾ ਕੋਈ ਦੇਖਣਾ ਘਰੇ ਬਹਿ ਕੇ ਦੇਖ ਲਈ ਬਾਹਰ ਮੁੰਡਿਆਂ ਕੋਲੇ ਨਾ ਮੋਬਾਈਲ ਲੈ ਕੇ ਜਾ ਬਸ ਠੀਕ ਹੈ ਮੈਂ ਤੈਨੂੰ ਬੇਨਤੀ ਵਾਲੀ ਗੱਲ ਕਹਿਣਾ ਖੇਤ ਬਹਿ ਕੇ ਬੈਠਾ ਮੈਂ ਖੇਤ ਲੱਤਾਂ ਵੱਢ ਕੇ ਜੀ ਲੱਗਿਆ ਰਹਿੰਦਾ ਪਰ ਬਾਪੂ ਤੈਨੂੰ ਨਹੀਂ ਪਤਾ ਅੱਜ ਕੱਲ੍ਹ ਮੁੰਡੇ ਨਾ ਕੁਛ ਹੋਰ ਹੀ ਪਾ ਦਿੰਦੇ ਨੇ ਮੋਬਾਈਲ 'ਚ ਹੋਰ
ਆਪਾਂ ਨੂੰ ਮੈਨੂੰ ਤਾਂ ਇਕੱਲਾ ਖਬਰਾਂ ਲਾ ਕੇ ਦੇ ਦੇ ਤੂੰ ਆਪੇ ਪਤਾ ਇਕੱਲੀਆਂ ਖਬਰਾਂ ਦੇਖ ਰਹੀਆਂ ਖਬਰਾਂ ਤਾਂ ਮੈਂ ਲਾ ਕੇ ਇਹਨੂੰ ਚ ਨਾ ਵਿੱਚ ਇੱਕ ਸਾਈਟਾਂ ਭਰੀਆਂ ਨੇ ਸਾਈਟਾਂ ਅੱਛਾ ਹਾਂ ਉਹ ਨਾ ਭਰਾ ਨਹੀਂ ਕਿਹਾ ਉਹ ਨਾ ਨਾ ਕੀ ਹੁੰਦਾ ਉਹ ਸਾਈਟਾਂ ਉੱਤੇ ਉਹ ਸਾਈਟਾਂ ਬਾਪੂ ਉਹ ਤਾਂ ਐ ਨਹੀਂ ਪਤਾ ਤੇਰਾ ਮੋਬਾਈਲ ਸਾਰੇ ਬੰਦ ਹੋ ਜਾਏ ਐ ਨਹੀਂ ਮੋਬਾਈਲ ਤੇ ਧੱਕ ਪੈ ਜੇ ਮੋਬਾਈਲ ਆਪਾਂ ਤਾਂ ਹੱਥ ਨਹੀਂ ਲਾਉਂਦੇ ਤੂੰ ਮੈਨੂੰ ਖਬਰਾਂ ਲਾ ਕੇ ਦਿੱਤੀ ਬਸ ਮੈਂ ਤਾਂ ਐ ਦੇਖੀ ਜਾ ਕੇ ਨੂੰ ਬਸ ਐ ਬਸ ਠੀਕ ਤਾਂ ਐ ਟਾਈਮ ਹੁੰਦਾ ਤਾਂ ਕੋਈ ਟਾਈਮ ਨਾਲ ਦੇਖਿਆ ਕਰੀ ਹਾਂ ਹਾਂ ਰਾਤ ਨੂੰ ਦੇਖ ਲਿਆ ਕਰੂ ਕਿਤੇ ਬਾਹਰ ਅੰਦਰ ਦੇਖ ਲਿਆ ਕਰੂ ਕਰੇ ਬੈ ਕੇ ਦੇਖਿਆ ਕਰੀ ਬਸ ਠੀਕ ਠੀਕ ਚੰਗਾ ਚੰਗਾ ਪਰਸੋਂ ਚੱਲਾਂਗੇ ਆਪਾਂ ਚੱਲਾਂਗੇ ਚੱਲ ਪਰਸੋਂ ਨੂੰ ਦਵਾ ਲਓ ਠੀਕ ਹੈ ਚੰਗਾ ਚੰਗਾ ਰੁਪਈਏ ਵੱਧ ਪਾ ਲੈ ਥੋੜੇ ਕੋਈ ਨਾ ਕੋਈ ਨਾ ਬੁੱਟੀ ਵੀ ਕਰਕੇ ਆਵਾਂਗੇ ਆਪਾਂ ਕੋਈ ਨਾ ਕੋਈ ਨਾ ਚੰਗਾ ਚੰਗਾ ਜਾਣਾ ਫਿਰ ਮੈਂ ਕਰ ਲਊ ਦੁਕਾਨਦਾਰ ਨਾਲ ਗੱਲ ਕਰ ਲਈ ਕਰ ਲਈ ਆ ਦੇਖ ਲਈ ਮੱਝ ਮੁੱਝ ਕੋਈ ਦੇਖ ਕੇ ਹੁਣ ਕੇ ਕੇਰ ਖੁੱਲ ਖੰਨ ਜਾਂਦੀ ਹੈ ਕੋਈ ਨਾ ਕੋਈ ਨਾ ਤੇ ਸੌ ਦੇ ਲੱਤਾਂ ਤਾਂ ਕਰਕੇ ਉਹ ਤੂੰ ਵਗ ਜਾ ਕੰਦਰਾ ਉਹ ਤੂੰ ਵਗ ਜਾ ਜੇ ਪੇ ਆਉਂਦੀ ਹੈ ਧਾਰ ਕੰਦਰ ਭੇਜਦਾ ਉਹਨੂੰ ਮੈਂ ਵਗ ਜਾ ਮੈਂ ਤਾਂ ਸੌਣਾ ਹੈ ਆਏ ਹਾਏ ਉਹ ਜਵਾਕ ਜੱਜ ਫੋਨ ਦਵਾ ਦੇ ਤਾਂ ਕੰਮ ਲੋਟ ਹੈ ਉਹ ਪੁਰਾਣੇ ਯੁੱਧ ਚ ਅਸੀਂ ਦੇਖ ਲਿਆ ਕਰਾਂਗੇ ਮਨੋਰੰਜਨ ਹੀ ਹੋਇਆ ਕਰੂ ਇੰਨੇ ਨਾਲ ਨਾ ਭੈਣ ਕਿਹੜਾ ਵੀ ਮੇਲੋ ਆਉਂਦੀ ਆ ਕਹਿ ਦਿੰਦੇ ਆ ਮੈਂ ਆਊਂਗੀ ਪਤਾ ਲੈਣ ਆਉਂਦੀ ਨਾ ਪਾਰੋ ਮਿਲੀ ਹੈ ਹਾਏ ਉਹ ਰੱਬਾ ਮੈਂ ਕੀ ਕਰਾਂ ਉਹ ਰੱਬਾ ਨਾ ਮੇਰੇ ਘਰ ਵਾਲੀ ਮੇਰੇ ਨਾਲ ਪੈਂਦੀ ਆ ਉਹ ਰੱਬਾ ਇਹ ਖੜ ਲੱਗਾ ਪਿਆ ਰੱਬਾ ਕੋਈ ਹੱਲ ਕਰ ਦੇ ਉਹ ਰੱਬਾ ਹਾਏ ਉਹ ਰੱਬਾ ਚੱਲ ਫੋਨ ਆ ਜੂਗਾ ਜੀ ਲੱਗਿਆ ਰਿਹਾ ਕਰੂਗਾ ਫਿਲਮਾਂ ਫੁਲਮਾਂ ਦੇਖ ਲਿਆ ਕਰਾਂਗੇ ਪਿਆਰ ਵਾਲੀਆਂ ਅੱਛਾ ਮੱਝਾਂ ਦੇ ਪੜਦਾ ਚਿੱਚੜ ਹਜਾ ਕਰ ਤੇਰੇ ਪੱਤੂ ਚਿੱਚੜ ਐ ਨਹੀਂ ਲੋਟ ਆਉਂਦੀ ਕੋਈ ਤਾਂ ਹੱਲ ਕਰਨਾ ਪਊ ਪਾਪਾ ਕੋਈ ਤਾਂ ਹੱਲ ਕਰਨਾ ਆਏ ਆਏ ਮੇਰੀ ਥਮਕ ਛੱਲੋ ਆ ਠੀਕ ਹੈ ਤੂੰ ਠੀਕ ਹੈ ਤੇਰੀ ਗਲੇ ਦੀ ਆ ਤੇਰੀ ਗਲੇ ਦੀ ਉਹ ਤੂੰ ਖੜ ਜਾ ਤੂੰ ਖੜ ਜਾ ਟਿੱਕ ਕੇ ਖੜ ਜਾ ਮੇਰੇ ਘਰ ਵਾਲੀ ਤੋਂ ਵੀ ਟੱਪ ਗਈ ਕੰਜਰੀਏ ਹੱਜ ਮਿੱਠੀ ਕਰਦੀ ਹੈ ਮੇਰੇ ਸਾਰੀ ਮਿੱਠੀ ਕਰਦੀ ਹੈ ਮਿੱਠੀ ਕਰਦੀ ਹੈ ਬੱਤ ਹੋ ਜਾ ਤੇਰੀ ਗਲੀ ਦੀ ਹੱਥ ਤੇਰੀ ਗਲੀ ਦੀ ਹੱਥ ਤੇਰੀ ਗਲੀ ਤੂੰ ਤਾਂ ਉੱਚੀ ਵਾਲੀਆਂ ਕੰਜਰੀਏ ਉੱਚੀ ਵਾਲੀਆਂ ਬੱਤ ਹੋ ਹੋ ਬੱਤ ਉਧਰੋਂ ਕਰ ਲਾ ਉਧਰੋਂ ਕਰ ਆਜ ਤੈਨੂੰ ਦੇਖਣ ਦੇ ਤੈਨੂੰ ਦੇਖਣ ਦੇ ਦੁਬਾਰਾ ਹੋ ਤੇ ਪੱਤ ਪੱਤ ਉਹ ਤੇਰੀ ਭੈਣ ਦੇ ਲੰਦ ਤੇਰੇ ਹੁਣੀ ਹੱਗਣਾ ਸੀ ਤੇ ਹੁਣੀ ਹੱਗਣਾ ਸੀ ਓਹ ਹੋ ਰੱਬਾ ਆ ਕਰਮੀ ਮਾੜੇ ਨੇ ਰੱਬਾ ਆਏ ਤਾਂ ਗੰਦੀ ਆ ਤੂੰ ਦੇਖਣ ਦੇ ਮਿੱਠੀਆਂ ਵਾਲੀ ਲੈ ਕਰਦੀ ਹੈ ਮਿੱਠੀਆਂ ਵਾਲੀ ਲੈ ਕਰਦੀ ਹੈ ਬੱਤ ਹੋ ਬੱਤ ਹੋ ਹੱਥ ਤੇਰੀ ਗਲੇ ਦੀ ਹੱਥ ਤੇਰੀ ਗਲੇ ਦੀ ਜੋ ਦੀ ਲਗਾੜ ਤੂੰ ਆਉਂਦਾ ਤੇਰਾ ਕੱਟਾ ਹੀ ਚੰਗਾ ਟੰਗਰੀ ਕੱਟਾ ਕੱਟਾ ਹੀ ਚੰਗਾ ਕੋਈ ਇੱਥੇ ਕੋਠ ਦੀ ਬਣਾ ਜੀ ਇਹਨੂੰ ਅੰਦਰ ਹੀ ਬੰਨ ਲੈ
ਕੱਟਾ ਹੀ ਸੀ ਲੈ ਤੇਰੇ ਨਾਲ ਤਾਂ ਕੱਟਾ ਹੀ ਮੇਲੋ ਨਾਲੋਂ ਵੀ ਕੱਟਾ ਹੀ ਚੰਗਾ ਹਾਏ ਦਮ ਚੜਾਤਾ ਭੈਣ ਕਢਾਵੇ ਅੱਜ ਕੱਲ੍ਹ ਤਾਂ ਤੀਵੇਂ ਨਾਲ ਤਾਂ ਕੱਟਾ ਹੀ ਚੰਗਾ ਕੱਟਾ ਹੀ ਮੈਂ ਤਾਂ ਦੋ ਤਿੰਨ ਰੱਖੂੰਗਾ ਅੱਜ ਬਾਹਰ ਬੰਨਦੀ ਕਿਤੇ ਜਵਾਕ ਜਾ ਜੇ ਭੈਣ ਕਢਾਵਾ ਜਵਾਕ ਦਾ ਸ਼ੱਕ ਵੀ ਵਾਹਲਾ ਕਰਦਾ ਜਵਾਕ ਕਿਹਾ ਸਾਰਾ ਦਿਨ ਗਲਤ ਹੀ ਹੋਊਗਾ ਸਾਰਾ ਦਿਨ ਗਲਤ ਕਿਉਂ ਰਿੰਗਦੀ ਕੰਜਰੀ ਕਿਉਂ ਰਿੰਗਦੀ ਤੁਸੀਂ ਤਾਂ ਕੁਛ ਨਹੀਂ ਕਰਨਾ ਨਾ ਕਿਸੇ ਨੂੰ ਕਰ ਦੇਣਾ ਬਸ ਬਸ ਆ ਜਾ ਬਸ ਧਾਨਾ ਤੂੰ ਕੱਟਿਆ ਧਾਨਾ ਧਾਨਾ ਤੂੰ ਕੀ ਕਰਾਉਣਾ ਮੇਲੋ ਵਰਗਿਆਂ ਤੋਂ ਕਿਸੇ ਹੋਰ ਤੋਂ ਇਹੋ ਜਿਹੇ ਦੋ ਕੱਟੇ ਰੱਖੇ ਹੁਣ ਯਾਰ ਹਾਂ ਹਾਂ ਹੈਲੋ ਕੀ ਹਾਲ ਹੈ ਕੀ ਕਰੀ ਜਾਂਦੀ ਸੀ ਉਦੇ ਬਾਹਲਾ ਨਜ਼ਾਰਾ ਆਇਆ ਹੈ ਨਾ ਰਾਤ ਨੂੰ ਖੰਘਦੀ ਕਿਉਂ ਹੈ ਚੱਲ ਇੱਕ ਦੋ ਦਿਨ ਤੱਕ ਫੇਰ ਆਊਂ ਮੈਂ ਦੁਬਾਰੇ ਠੀਕ ਹੈ ਠੀਕ ਹੈ ਅਤੇ ਉਹ ਤੇਰੇ ਕੋਲ ਹੈਗੀ ਹੈ ਗੋਲੀਆਂ ਫੜਾ ਕੇ ਜਾਵਾਂ ਹੁਣ ਚੱਲ ਫਿਰ ਮੇਰੀ ਗੱਲ ਸੁਣ ਮੈਂ ਉਸ ਦਿਨ ਥਾਂ 'ਤੇ ਰੱਖ ਜੂੰ ਠੀਕ ਹੈ ਮੈਂ ਤੈਨੂੰ ਫੋਨ ਕਰਕੇ ਤੇ ਮੇਰੀ ਗੱਲ ਸੁਣ ਮੈਂ ਰੁਕ ਕੇ ਕਰਦਾ ਫੋਨ ਉਹ ਬੇਬੇ ਆ ਗਈ ਮੇਰੀ ਠੀਕ ਹੈ ਹਾਂ ਹਾਂ ਕੱਟੀ ਕੱਟੀ ਇੱਧਰੋਂ ਕੱਟ ਦੇ ਦੂਜੀ ਦਾ ਫੋਨ ਆ ਗਿਆ ਮਿਸ ਕਾਲ ਵਿੱਚ ਫੋਨ ਹੀ ਵੇਟਿੰਗ 'ਚ ਆ ਗਿਆ ਸੀ ਮਸਾਂ ਇੱਕ ਤੋਂ ਦੋ ਜੁੜੀਆਂ ਨੇ ਕਿਤੇ ਗੁੱਸੇ ਹੋ ਗਈ ਨਾ ਪਾਜੇ ਭੈਣ ਦੇ ਅਰਦੇ ਚੱਲ ਲਾਉਣਾ ਫੋਨ ਕੋਈ ਜਗਾੜ ਲਾਉਣਾ ਕਈ ਨੂੰ ਗੁੱਸਣਾ ਕੋਈ ਹੁਣ ਚੱਕ ਦੇ ਗੁੱਸੇ ਤਾਂ ਨਹੀਂ ਹੈਲੋ ਸਤਿ ਸ਼੍ਰੀ ਅਕਾਲ ਜੀ ਉਹ ਵੇਟਿੰਗ ਤਾਂ ਬਾਪੂ ਦਾ ਫੋਨ ਆਇਆ ਸੀ ਕਹਿੰਦਾ ਦੂਜੇ ਕਿੱਲੇ 'ਚ ਨੱਕਾ ਵੱਢਦੇ ਪਾਣੀ ਦਾ ਪਾਣੀ ਲਾਈ ਜਾਂਦੇ ਹਾਂ 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 ਹੋਰ ਫਿਰ ਕੀ ਕਰਦੀ ਸੀ ਕੰਮ ਕਰਦੀ ਸੀ ਠੀਕ ਹੈ ਹੋਰ ਘਰ ਠੀਕ ਹੈ ਯਾਰ ਹਾਂ ਸਾਰੇ ਵਧੀਆ ਤੁਸੀਂ ਦੱਸੋ ਵਧੀਆ ਵੀ ਗੱਲ ਸੁਣ ਹੋਰ ਇੱਕ ਦਿਨ ਨਾਲ ਗੱਲ ਕਰਨੀ ਸੀ ਹਾਂ ਜੀ ਆਪਾਂ ਮਿਲੀਏ ਹੁਣ ਫਿਰ ਹਲੇ ਕੀ ਹੋਇਆ 4 ਦਿਨ ਤੱਕ ਸੀ ਨਹੀਂ ਗੱਲ ਹੋਈ ਯਾਰ ਐਂ ਕੀ ਹੁੰਦਾ ਯਾਰ ਕੁਛ ਨਹੀਂ ਹੁੰਦਾ ਹੈਗਾ ਐਂ ਕੀ ਹੁੰਦਾ ਆਪਾਂ ਨੋਰਮਲੀ ਮਿਲਾਂਗੇ ਕੋਈ ਚੱਕਰ ਨਹੀਂ ਚਲੋ ਦੇਖ ਲਓ ਹਾਂ ਆਪਾਂ ਐਂ ਕਰਾਂਗੇ ਫਿਰ ਆਪਾਂ ਫਿਲਮ ਫੁਲਮ ਦੇਖ ਲਾਂਗੇ ਠੀਕ ਹੈ ਕਿਤੇ ਹਾਂ 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 ਚੱਲ ਮੇਰੀ ਗੱਲ ਸੁਣ ਫਿਰ ਪਰਸੋਂ ਨੂੰ ਆ ਜਾਊਂ ਫਿਰ ਮੈਂ ਠੀਕ ਹੈ ਨਹੀਂ ਨਹੀਂ ਪਰਸੋਂ ਤਾਂ ਮੇਰਾ ਪੇਪਰ ਹੈ ਪੇਪਰ ਹੈ ਤੇਰਾ ਪਰਸੋਂ ਹਾਂ ਕੱਲ ਨੂੰ ਦੇਖ ਲਓ ਕੱਲ ਨੂੰ ਯਾਰ ਚੱਲ ਕੋਈ ਗੱਲ ਨਹੀਂ ਮੈਂ ਆ ਜਾਊਂ ਕੱਲ ਨੂੰ ਫਿਰ ਠੀਕ ਹੈ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਤੂੰ ਫਿਕਰ ਨਾ ਕਰ ਠੀਕ ਹੈ ਅਤੇ ਗੱਲ ਸੁਣ ਮੇਰੀ ਨਾਲ ਸਹੇਲੀ ਸੁਹਲੀ ਤਾਂ ਨਹੀਂ ਹੋਈ ਤੇਰੀ ਕੋਈ ਹੋਰ ਨਹੀਂ ਨਹੀਂ ਕੱਲੀ ਆਉਂਗੀ ਤੂੰ ਫਿਰ ਤਾਂ ਮੈਂ ਲੈ ਆਉਂਦਾ ਕਿਸੇ ਨੂੰ ਨਾਲ ਬੱਗੀ ਵਰਗੇ ਨਹੀਂ ਯਾਰ
ਚੱਲ ਠੀਕ ਆ, ਚੰਗਾ ਫਿਰ ਤੂੰ ਆ ਜਾਈ ਚੰਗਾ। ਮੈਂ ਫੋਨ ਲਾਊ ਪਹਿਲਾਂ ਹੱਥ ਨੇ ਸਮਾਰ ਕੇ ਗੱਲ ਕਰਾਂਗੇ, ਹੁਣ ਮੈਂ ਮੇਰਾ ਬਾਪੂ ਸੱਦੀ ਜਾਂਦਾ ਮੈਨੂੰ ਪਤਾ। ਠੀਕ ਹੈ ਠੀਕ ਹੈ ਠੀਕ ਹੈ ਯਾਰ, ਨਾ ਕਰ ਲਿਓ। ਚੱਲ ਠੀਕ ਹੈ ਚੰਗਾ, ਓਕੇ ਬਾਏ ਓਕੇ ਬਾਏ। ਇਹਦਾ ਹੁਣ ਦੂਜੀ ਨੂੰ ਵੀ ਲਾਉਣਾ, ਫੇਰ ਲਾਵਾਂਗੇ। ਚੱਲ ਪਹਿਲਾਂ ਬਾਪੂ ਦੀ ਗੱਲ ਕਰ।